ਦਿੱਲੀ ਅਤੇ ਹਰਿਆਣਾ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਅੱਜ ਤੋਂ ਸ਼ੁਰੂ ਹੋਵੇਗੀ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਰਹੇ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਦੋਵੇਂ ਵੱਡੇ ਲੀਡਰ ਪੰਜਾਬ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਪੰਜਾਬ ਦੇ ਲਈ ਆਮ ਆਦਮੀ ਪਾਰਟੀ ਨਵਾਂ ਨਾਰਾ ਵੀ ਜਾਰੀ ਕਰੇਗੀ। ਆਪ ਸਰਕਾਰ ਦੇ ਵੱਲੋਂ ਦੋ ਵਰਿਆਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਬਿਉਰਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਚ ਜ਼ੀਰੋ ਬਿੱਲ ਰੋਜ਼ਗਾਰ ਮੁਹਿੰਮ ਆਮ ਆਦਮੀ ਕਲੀਨਿਕ ਹਰ ਖੇਤ ਨਹਿਰੀ ਪਾਣੀ ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ ਲੋਕ ਸਭਾ ਚੋਣਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ 2 ਸਾਲਾਂ ਦੌਰਾਨ ਪੰਜਾਬ ਦੇ ਰੋਕੇ ਫੰਡਾਂ ਤੇ ਪ੍ਰੋਜੈਕਟਾਂ ਦੀ ਵੀ ਗੱਲ ਕੀਤੀ ਜਾਵੇਗੀ ਤੇ ਜ਼ਾਹਿਰ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਤੇ ਜਿਤਾਇਆ ਜਾਵੇ। ਇਹ ਵੀ ਸੰਭਾਵਨਾ ਚੁਕਾਈ ਜਾ ਰਹੀ ਹੈ ਕਿ 14 ਮਾਰਚ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਇਸ ਵਕਤ ਸਰਵੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹ ਦਿੱਤੀ ਜਾ ਸਕੇ। ਐਤਕੀ ਲੋਕ ਸਭਾ ਚੋਣਾਂ ਚ ਪੰਜਾਬ ਦੀ ਸਾਰੀ ਚੋਣ ਮੁਹਿੰਮ ਭਗਵੰਤ ਮਾਨ ਦੇ ਹੱਥ ਰਹੇਗੀ। ਯਾਨੀ ਕਿ ਹੁਣ ਲੋਕ ਸਭਾ ਚੋਣਾਂ ਜਦੋਂ ਤੱਕ ਹੋਣਗੀਆਂ ਉਦੋਂ ਤੱਕ ਸਿਰਫ ਪ੍ਰਚਾਰ ਦੇ ਰੰਗ ਦੇਖਣਗੇ ਨਾ ਹੀ ਤਾਂ ਪੰਜਾਬ ਸਰਕਾਰ ਕੋਈ ਨਵਾਂ ਐਲਾਨ ਕਰ ਸਕਦੀ ਹੈ ਸੂਬੇ ਦੇ ਲਈ ਤੇ ਨਾ ਹੀ ਪੰਜਾਬੀਆਂ ਦੇ ਲਈ ਕੋਈ ਖਾਸ ਕੰਮ ਹੀ ਸਰਕਾਰ ਕਰੇਗੀ ਕਿਉਂਕਿ ਜ਼ਾਹਿਰ ਤੌਰ ਤੇ ਸਾਰੀ ਸਰਕਾਰ ਨੂੰ ਚੋਣ ਪਿੰਡ ਦੇ ਵਿੱਚ ਉਤਾਰਿਆ ਜਾਵੇਗਾ ਦੋਵੇਂ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੜਕੇ 11 ਵਜੇ ਪਟਿਆਲਾ ਦੇ 7 ਪਾਮ ਨਾਬਾ ਰੋਡ ਦੇ ਵਿੱਚ ਵਪਾਰੀਆਂ ਦੇ ਨਾਲ ਵੀ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵਾਕਵਕ ਸ਼ੈਰਨ ਦੇ ਵਿੱਚ ਪੰਜਾਬ ਦੇ ਵਪਾਰੀਆਂ ਨਾਲ ਮੁਲਾਕਾਤਾਂ ਕਰ ਚੁੱਕੇ ਨੇ ਕੱਲ 12 ਮਾਰਚ ਨੂੰ ਹੁਸ਼ਿਆਰਪੁਰ ਦੇ ਰਾਜ ਬਹਿਲ ਫਾਰਮਸ ਟਾਂਡਾ ਰੋਡ ਤੇ ਸਫਾਇਰ ਰਿਜ਼ੋਰਟ ਦੇ ਵਿੱਚ ਦੋਵੇਂ ਵੱਡੇ ਲੀਡਰ ਵਪਾਰੀਆਂ ਨਾਲ ਮੁਲਾਕਾਤ ਕਰਨਗੇ ਕੱਲ ਹਰਿਆਣਾ ਪਹੁੰਚੇ ਅਰਵਿੰਦ ਕੇਜੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮ ਕੇ ਬੀਜੇਪੀ ਸਰਕਾਰ ਤੇ ਨਿਸ਼ਾਨੇ ਸਾਧੇ ਕੁਰੂਕ ਖੇਤਰ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ 75 ਸਾਲਾਂ ਤੋਂ ਸਾਡੇ ਮੁਲਕ ਨੂੰ ਲੁੱਟਿਆ ਹੈ ਜਦਕਿ ਭਾਜਪਾ ਨੇ ਪਿਛਲੇ 10 ਸਾਲਾਂ ਦੇ ਵਿੱਚ ਲੋਕਾਂ ਨੂੰ ਲੁੱਟਣ ਦੇ ਨਾਲ ਕੁੱਟਿਆ ਵੀ ਹੈ ਕਹਿੰਦੇ ਭਾਜਪਾ ਨੇ ਸਾਡੇ ਕਿਸਾਨਾਂ ਨੂੰ ਸਰਹੱਦ ਦੇ ਉੱਤੇ ਗੋਲੀਆਂ ਅਤੇ ਲਾਠੀਆਂ ਦਿੱਤੀਆਂ ਅੱਜ ਕਹਿੰਦੇ ਦੇਸ਼ ਵਿੱਚ ਦੋ ਕਿਸਮ ਦੇ ਲੋਕ ਨੇ ਦੇਸ਼ ਭਗਤ ਜਾਂ ਅੰਧ ਭਗਤ ਜਿੰਨੇ ਵੀ ਕਹਿੰਦੇ ਦੇਸ਼ ਭਗਤ ਨੇ ਉਹ ਸਾਡੇ ਨਾਲ ਆ ਜਾਓ ਤੇ ਜਿੰਨੇ ਅੰਧ ਭਗਤ ਨੇ ਉਹਨਾਂ ਨਾਲ ਚਲੇ ਜਾਓ ਔਰ ਅੱਜ ਪੂਰੇ ਦੇਸ਼ ਦੇ ਅੰਦਰ ਦੋ ਕਿਸਮ ਦੇ ਲੋਕ ਆ हर आदमी या तो देशभक्त है और या अंधभक्त है दो ही किस्म के लोग हैं इस देश के अंदर या तो देशभक्त है और या अंधभक्त है जितने देशभक्त हैं मेरे गले हो लो और जितने अंधभक्त हैं उनके गले हो लो हमें अंधभक्त नहीं चाहिए सारे अंध भक्त उनके गले हो लो और सारे देशभक्त हमारे गले हो लो अभी जब आप किसान हरियाणा के पंजाब के किसान दिल्ली जाना चाहते थे बॉर्डर के ऊपर उनको रोक लिया गया क्या कसूर था जी किसानों का यही तो कह रहे थे फसलों के पूरे दाम दे दो मिलने चाहिए कि नहीं मिलने चाहिए पूरे दाम फसल के पूरे दाम मिलने चाहिए नहीं मिलने चाहिए किसानों को किसान कह रहे थे फसलों के पूरे दाम दे दो क्या मिला बदले में ऊपर से गोले छोड़ दिए ऊपर से चाइना के ऊपर गोले छोड़ने की हिम्मत नहीं है इनकी पाकिस्तान के ऊपर गोले छोड़ने की हिम्मत नहीं है अपने किसानों के ऊपर गोले छोड़ दिए इन लोगों ने एक किसान मारा गया किसान का बेटा शहीद हो गया पंजाब के अंदर जब किसानों के ऊपर गोले छोड़े जा रहे थे आंसू गैस के गोले छोड़े जा रहे थे रबड़ की गोलियां छोड़ रहे थे मार रहे थे डंडे मार रहे थे वाटर कैनन मार रहे थे तो कहां थे जी आपके ये दस एमपी ਇਹ ਤਾਲੀਆਂ ਵਜਾ ਰਹੇ تھے۔ ਬੜਾ ਮਜ਼ਾ ਆ ਰਹਾ تھا इनको ਕਿਸਾਨੋ ਕੋ ਪੀਟ ਰਹੇ ਹੈ ਬੜਾ ਮਜ਼ਾ ਆ ਰਹਾ تھا इनको। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਕ ਖੇਤਰ ਦੇ ਵਿੱਚ 2 ਸਾਲ ਪਹਿਲਾਂ ਦੇ 10 ਮਾਰਚ ਨੂੰ ਯਾਦ ਕੀਤਾ। ਕਹਿੰਦੇ ਇਹ ਦਿਨ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਸੀ। ਜਦੋਂ 10 ਮਾਰਚ ਦੇ ਦਿਨ ਹੀ ਆਵਾਦਵੀ ਪਾਰਟੀ ਨੇ ਪੰਜਾਬ ਚ 92 ਸੀਟਾਂ ਜਿੱਤੀਆਂ ਸੀ ਤੇ ਪੰਜਾਬ ਦੇ ਕਹਿੰਦੇ ਕਹਾਉਂਦੇ ਵੱਡੇ ਵੱਡੇ ਹੰਕਾਰੀ ਲੀਡਰ ਟਹਿ ਢੇਰੀ ਹੋ ਗਏ ਸਨ। ਔਰ ਅੱਜ ਦਾ ਦਿਨ ਪੰਜਾਬ ਕੇ ਲਿਏ खास तौर पे बहुत ज्यादा महत्वपूर्ण है पंजाब के इतिहास में आज का दिन सुनहरी अक्षरों में लिखा गया क्योंकि दो साल पहले आज के दिन ही इस समय तक बानवे सीटें मिल चुकी थी आज रिजल्ट आए थे नतीजे आए और बड़े बड़े हंकारी जो थे बड़े बड़े जो किले थे वो आज के दिन पस्त हो गए थे اور بڑے بڑے جو کہتے تھے ہم کئی پیڑیوں سے हारे نہیں ان کے سورے অস্ত ہو گئے تھے جو جنتا نے کیا ہے یہ پبلک نے کیا